सत श्रीकाल जी सारे वधिया फार्म यूट्यूब चैनल पर तुहाडा स्वागत है जी। किसान वीरो अज के जिहड़े आपां वीडियो बना रहे हैं पिंड बालाचक तहसील तो जिला तरनतारन जग्गे वीर कोल आपां पहुँच चुके हैं। तो अज की वीडियो में तुहानूं जिहड़ियां वा दोवें गावां जिहड़ियां तुकड़ा कपना तुहानूं दिखाउणियां वा गलबात हुण आपां वीर नाल करदे हां ते पुछदे हां सारी डिटेल। आ दो गावां जिहड़ियां इक आ हौले जिहे भाजी तुहानूं दिखावांगे ते इक आ वी तुकड़ गबन तुहानूं दिखाउणी है। हाँ जी वीर जी सत श्रीकाल जी। होर सुना वीर जी ठीक ठाक जी कृपा सतगुरु चलो वधिया कृपा ही चाहिए जी। वेख गया परसों वाला माल फिर हाँ जी तो उदन वेख गया परसों राती वेख गया ही। अच्छा अज ही वेड़ा तीन ही ठीक है एक सवेरे वेगी आ दो होने ठीक है। ਕਿੰਨੇ ਫੋਨ ਫਾਨਾ ਫਿਰ ਉਦੋਂ ਫੋਨ ਤਾਂ ਬੜੇ ਆਏ ਰਖਣਾ ਝੂਠ ਮਾਰ ਜਿਹਨੇ ਆਏ ਹੋਣੇ ਫੋਨ ਦੇ ਬਹੁਤ ਜ਼ਿਆਦਾ ਆਏ ਫੋਨ। ਅੱਛਾ ਜੀ ਹਾਂਜੀ ਠੀਕ ਹੈ ਬੜਾ ਚੰਗੀਆਂ ਦੋਵੇਂ ਡੱਬੀਆਂ ਬੜੇ ਫੋਨ ਆਏ ਠੀਕ ਹੈ। ਨਾਮ ਦੱਸ ਦੇ ਇੱਕ ਵਾਰੀ ਆਪਣਾ। ਹਾਂ ਜੱਗਾ ਜੀ ਹਾਂਜੀ ਪਿੰਡ ਬਾਲਾਚੱਕ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਤੇ ਲਾਗੇ ਆਪਣੇ ਪਿੰਡ ਚੱਬਾ ਬਟਾਲਾ ਸਾਹਿਬ ਗੁਰਦੁਆਰਾ ਸਾਹਿਬ ਠੀਕ ਹੈ। ਫੋਨ ਨੰਬਰ 9871724020 ਚੱਬਾ ਅੰਮ੍ਰਿਤਸਰ ਚ ਪੈ ਜਾਂਦਾ ਨਾ ਅੰਮ੍ਰਿਤਸਰ ਚ ਆਪਾਂ ਤਰਨਤਾਰਨ ਆਪਾਂ ਨੂੰ ਵੈਸੇ ਜ਼ਿਲ੍ਹਾ ਤਰਨਤਾਰਨ ਲੱਗਦਾ ਸ਼ਹਿਰ ਲੱਗ ਗਿਆ ਆਪਾਂ ਅੰਮ੍ਰਿਤਸਰ ਹੈ ਨਾ ਅੰਮ੍ਰਿਤਸਰ ਲੱਗੇ ਆਪਾਂ ਨੂੰ ਸਾਰੇ 7 ਕਿਲੋਮੀਟਰ ਹੈ ਤਰਨਤਾਰਨ 13 ਕਿਲੋਮੀਟਰ ਹੈ ਠੀਕ ਹੈ ਜੀ ਆਪਣਾ ਪਿੰਡ ਜ਼ਿਲ੍ਹਾ ਤਰਨਤਾਰਨ ਠੀਕ ਹੈ। ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ 9871724020 ਠੀਕ ਹੈ। ਇਹ ਦੋਵੇਂ ਤੋਕੜਾ ਕੱਪਣਾ ਹਾਂਜੀ ਚਲੋ ਸ਼ੁਰੂਆਤ ਫਿਰ ਇਤੋਂ ਹੀ ਕਰ ਲਈਏ। ਥਾਣੇ ਦੇ ਕਰੀ ਲੱਗ ਰ ਦੇ ਸਕਦੇ ਜੀ ਥਾਣਾ ਦਾ ਸਾਈਜ਼ ਤੇ ਗੈਪ ਇੱਕ ਵਾਰੀ ਲੱਗ ਰ ਦੇ ਸਕਦੇ ਚੰਗੀ ਤਰ੍ਹਾਂ ਦੇਖੋ ਉਂਗਲੋਂ ਵੱਡਾ ਥਾਣਾ ਜੀ ਕਾਫੀ ਪਿਆਰਾ ਥਾਣਾ ਹੈ ਹੁਣ ਜਾ ਕੇ ਵੀ ਜਿਹੜੀ ਠੰਡੀ ਧੀਰੀ ਹੈ ਬੜੀ ਗਿਆ ਦੀ ਹਾਂ ਦੇ ਸਾਡੇ ਦੱਸੀਏ ਵਿੱਦਿਆ ਦੇ ਬਾਰੇ ਇਹ ਹਰ ਪੀ ਜੀ 4 ਮਹੀਨੇ ਦੇ ਗੱਬਨ ਚੈੱਕ ਪਾਸ ਜੀ ਅੱਛਾ ਜੀ ਚੈੱਕ ਕਰਾਈਏ ਆਪਾਂ ਆਪਣੇ ਘਰੇ ਲਿਆ ਕੇ ਠੀਕ ਹੈ ਬੁੱਧ ਆਸਮ 10 ਕਿਲੋ ਤਿਆਰ ਹੋਊਗਾ ਪਹਿਲਾ ਸੂਆ ਸੂਈ ਆ ਨਾ ਦੂਜੇ ਗੱਬਨ ਹੈ। अच्छा मौके 10 लीटर ਹੈਗਾ ਪੱਕਾ ਦੁੱਧ ਦੋ ਟਾਈਮ ਆਪਣੇ ਕੋਲ ਚੁਆ ਕੇ ਦਾ। अच्छा ਹੁਣ ਸੂਆ ਪਹਿਲਾ ਤੇ ਗਾਂ ਦੂਸਰੇ ਸੂਆ ਦਾ ਦੂਸਰੇ ਸੂਏ ਗੱਬਣ ਹੋਈ 4 ਮਹੀਨੇ ਦੀ ਗੱਬਣ ਜੀ ਚੈੱਕ ਪਾਸ 4 ਮਹੀਨਿਆਂ ਦੀ ਹਾਂਜੀ ਤੇ ਪਤਾ ਜੀ ਸੱਜਣ ਨੇ ਕਿੰਨਾ ਕਿ ਦੁੱਧ ਚੁਆਇਆ ਜੀ ਦੁੱਧ ਵੇਖੋ ਜਾਤ ਨੂੰ ਸਾਰੇ ਬੈਠ ਦੁੱਧ 20 ਕਿਲੋ ਤੋਂ ਘੱਟ ਕੀ ਆਖੂਗਾ। ਹਾਂਜੀ ਹਾਂਜੀ 17 18 ਕਿਲੋ ਘੱਟ ਦੱਸਣ ਤੱਕ ਵੀ ਨੇ ਪਹਿਲੇ ਸੂਏ ਦਿੱਤਾ ਗਾਂ ਦੂਜੇ ਸੂਏ ਦੇ ਦੁੱਧ 20 ਕਿਲੋ ਨਾਰਮਲ ਦੇਈ ਹੋਵੇ ਠੀਕ ਹੈ। ਖੋਲਾਂ ਹਾਂ ਫਿਰ ਤੋਰੀ ਇੱਕ ਗਾੜੀ ਦੁੱਧ ਮੌਕੇ ਤੇ ਜਿਹੜਾ 10 ਲੀਟਰ ਤਿਆਰ ਦੱਸਦੇ ਆ ਤੇ ਸੂਆ ਜਿਹੜਾ ਕਹਿੰਦੇ ਕਿੰਨੇ ਦੂਸਰਾ ਸੋਨਾ ਹੈ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝ ਦੇ ਹਿਸਾਬ ਨਾਲ ਵੇਚ ਆ ਕੇ ਖੜੇ ਦੁੱਧ ਦੀ ਵੀ ਜਿਹੜੀ ਆਪਣੀ ਤਸੱਲੀ ਕਰਕੇ ਖੜੇ ਤੇ 4 ਮਹੀਨੇ ਦੀ ਗੱਬਨ ਜਿਹੜੀ ਚੈੱਕ ਪਾਸ ਦੱਸਦੇ ਆ ਵੀ ਵੀਰ ਕੋਈ ਆਪਣੀ ਚੈੱਕ ਕਰਵਾ ਕੇ ਲੈ ਜੇ ਮੋਲਾਂ ਦਾ ਆਪਾਂ ਪੁੱਛ ਲੈਨੇ। ਹਾਂਜੀ ਵੀਰ ਜੀ ਫਿਰ ਕਿੰਨਾ ਕੁ ਜਾਇਜ਼ दूसरे नंबर दिखा दी दसिए वधिया बारे भी अच्छा जी अच्छा डेढ़ महीना ला जाऊगी हले ठीक है। दुध दिंदी कि नहीं है दुध नहीं दिंदी है ते साढ़े 7 महीने की गबन है जी है ना लिस्सी बड़ी है आपां देख सकते सांभी नहीं किसी ने सांभी घट है जी। तो सूआ दूसरा सूना इन्हें ठीक है जी कोई सांभ वाला वीर ला जे बाकी हवाना देख सकते जी ठंड थोन दिखा दी वीर जी देख रही आपको जी हाँ दुद्ध नहीं दें हले उस तरह उंज चारे थान ओके ओके गए पास करके लिया दूजा सूआ सोनी ठीक है। तो यदा की मुल जी 8000 की दे दोगे ਤੇ ਉਤਰਾ ਸੱਜਰ ਕਿੰਨੇ ਕੁ ਦੁੱਧ ਚਵਾਈ ਜਾਊਗੀ ਸਰ ਦੇਖੋ ਤੂੰ 9-10 ਕਿਲੋ ਦੇ ਜੇ ਕੋਈ ਸਾਂਭ ਕਰ ਲੈ ਤੇ ਫਿਰ ਦੇ ਦੇਊਗੀ। ਅੱਛਾ ਜੀ 8 ਤਾਂ ਤੂੰ ਮਰਦੀ ਨਹੀਂ ਹਾਂਜੀ ਹਾਂਜੀ ਠੀਕ ਹੈ ਉੱਚੋਂ ਕਰਦਾ ਕਮਾਲ ਠੀਕ ਹੈ ਵਿਦਿਓ ਚ ਮਾਨਤਾਂ ਕਿੰਦੇ ਕਰ ਦੇਾਂਗੇ ਬਾਕੀ ਪਸ਼ੂ ਵੀਰ ਜੀ ਉਹਨਾਂ ਨੇ ਦੋ ਵਕਾਊ ਕੀਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਖੜੇ ਕਿਉਂਕਿ ਜਿੰਨੇ ਪੈਸੇ ਖਰਚਨੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਆਪਣੀ ਚਵਾਈ ਕਰਕੇ ਪਾਸ ਕਰਕੇ ਖੜਨ ਅੱਕੋ ਕੋ ਗੁਬੜੀ ਹੈਗੇ ਜੀ ਦਿਖਾ ਦੇ ਵੀਰ ਜੀ ਚਲੋ ਇਹ ਵੀ ਦਿਖਾ ਦਿਓ ਆਂਡੇ ਦੇ ਦਿਓ ਪਿੰਜਰੇ ਦੇ ਵੀ ਲੈ ਆਤਾ ਹੈ ਜੀ ਪਿੰਜਰੇ ਦੇ ਦਿੰਦੇ ਲੈ ਜੇ
ਬਾਕੀ ਆਪਣੀ ਤਸੱਲੀ ਕਰੋ ਕਿਉਂਕਿ ਤੁਸੀਂ ਪੈਸੇ ਖਰਚਣੇ ਤੁਹਾਡੀ ਜ਼ਿੰਮੇਵਾਰੀ ਬਣਦੀ ਆਪਣੀ ਤਸੱਲੀ ਕਰਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।